ਚਮਕੀਲਾ ਆਰਟਿਸਟ ਬਹੁਤ ਵੱਡਾ ਸੀ, ਉਹਦੇ ਕੁਝ ਗਾਣੇ ਦੇ ਸਬਜੈਕਟ ਗਲਤ ਸੀ। ਮੈਨੂੰ ਇਹ ਗੱਲ ਗਲਤ ਲੱਗੀ ਕਿ ਜਦੋਂ ਫਿਲਮ ਜਿਹੜੀ ਸਟਾਰਟ ਹੁੰਦੀ ਹੈ ਉਹ 'ਚ ਸੈਕਸ ਦੀ ਗੱਲ ਕਰਦੇ, ਕੰਡਾ ਕੱਢਿਆ ਨਾ ਜਿੰਨੇ ਭੈਣ ਜੀ ਨਨਾਣ ਦਾ, ਇਹ ਕੋਈ ਗੱਲ ਥੋੜ੍ਹੀ ਯਾਰ, ਸਾਡਾ ਕਲਚਰ ਥੋੜ੍ਹਾ ਹੈ, ਮਤਲਬ ਹੁਣ ਬੋਲਣਾ ਹੀ ਮੁਸ਼ਕਿਲ, ਆਟੇ ਵਾਂਗ ਗੁੰਨਤੀ ਬਗਾਨੇ ਪੁੱਤ ਨੇ, ਇਹ ਕੋਈ, ਇਹ ਸਾਡਾ ਕਲਚਰ ਥੋੜ੍ਹਾ ਯਾਰ, ਸਾਡਾ ਕਲਚਰ ਕੁਲਦੀਪ ਮਾਨਕ ਛੋਟਾ ਆਰਟਿਸਟ ਸੀ ਯਾਰ, ਮੁਹੰਮਦ ਸਦੀਕ ਸਾਡਾ ਛੋਟਾ ਆਰਟਿਸਟ ਹੈ, ਕੁਲਦੀਪ ਮਾਨਕ ਸਾਹਿਬ ਨੇ ਕਿੱਡੇ ਕਿੱਡੇ ਗਾਣੇ ਗਾਏ ਆ ਜਿਹੜੇ ਮਸ਼ਹੂਰ ਨੇ, ਜਿਹੜੇ ਉਹਨਾਂ ਨੇ ਵਲਗਰ ਗਾਏ ਉਹ ਕਿਸੇ ਨੂੰ ਪਤਾ ਵੀ ਨਹੀਂ। ਉਹਨਾਂ ਨੇ ਇੱਕ ਡਾਇਲੌਗ ਦੇ ਨਾਲ ਪੰਜਾਬ ਦੇ ਵਿੱਚ ਲੜਾਈ ਵਾਲੇ ਮਾਹੌਲ ਕਰਾ ਦਿੱਤੇ ਕਿ ਇਹਨੂੰ ਇਸ ਕਰਕੇ ਮਾਰਿਆ ਕਿ ਕਿਸੇ ਹੋਰ ਜਾਤ ਦਾ, ਹੈ ਨਾ, ਅਸੀਂ ਗੁਰੂ ਨਾਨਕ ਬਾਰੇ ਦੱਸਾਂਗੇ, ਅਸੀਂ ਬਾਬਾ ਸ਼ੇਖ ਫਰੀਦ ਬਾਰੇ ਦੱਸਾਂਗੇ, ਹੈ ਨਾ, ਆਪਾਂ ਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਦੱਸਾਂਗੇ, ਅਸੀਂ ਚਮਕੀਲੇ ਬਾਰੇ ਥੋੜ੍ਹਾ ਦੱਸਾਂਗੇ ਵੀ ਸਾਡਾ ਕਲਚਰ। ਕਹਿੰਦੇ ਜਸੀ ਸ਼ਾਇਦ ਫੇਮ ਭਾਲਦੇ ਆ, ਕਹਿੰਦੇ 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 ਇਹ ਚਾਹੁੰਦੇ ਆ ਕਿ ਚਲੋ ਵੱਧ ਤੋਂ ਵੱਧ ਦੇਖੀਏ ਜਾਂ ਕੁਛ ਵੀ ਗੱਲ ਕਰਕੇ। ਨਸ਼ੇੜੀਆਂ ਤੋਂ ਕੀ ਫੇਮ ਭਾਲਾਂਗੇ ਮੈਨੂੰ ਦੱਸੋ, ਚਮਕੀਲਾ ਅਸੀਂ ਤਾਂ ਸਾਡੇ ਤਾਂ ਹੱਡਾਂ 'ਚ ਚਮਕੀਲਾ ਵਸਿਆ ਹੋਇਆ, ਪਰ ਮੈਂ ਜਿੰਨਾ ਚਮਕੀਲਾ ਲੋਕਾਂ ਨੂੰ ਸੁਣਾਇਆ ਇੰਡੀਆ ਤੋਂ ਬਾਹਰ। ਤੁਸੀਂ ਹੁਣ ਜਿਵੇਂ ਗਾਣੇ ਕੁਛ ਗਾਣਿਆਂ ਦੀ ਤੁਸੀਂ ਜ਼ਿਕਰ ਕੀਤਾ, ਲੋਕ ਉਸ ਟਾਈਮ ਕਹਿੰਦੇ ਸੀਗੇ ਕਿ ਕਿਤੇ ਨਾ ਕਿਤੇ ਜੇ ਅਸੀਂ ਗਾਣੇ ਨਹੀਂ ਸੁਣਾਂਗੇ ਤਾਂ ਸਾਡਾ ਦਿਲ ਨਹੀਂ ਲੱਗਣਾ ਯਾਰ, ਆਦੀ ਹੋ ਗਏ ਸੀਗੇ ਲੋਕ ਇੱਦਾਂ ਦੇ ਗਾਣੇ ਸੁਣਨ ਦੇ, ਉਹ ਇੱਕ ਸੱਚ ਆ, ਤੁਹਾਨੂੰ ਕਿਤੇ ਨਾ ਕਿਤੇ ਉਹ ਵੀ ਚੀਜ਼ਾਂ ਗਲਤ ਲੱਗਦੀਆਂ? ਨਹੀਂ ਨਹੀਂ, ਉਹ ਤਾਂ ਦੇਖੋ ਲੋਕ ਪੋਰਨ ਫਿਲਮਾਂ ਵੀ ਦੇਖਦੇ, ਪਰ ਉਹ ਅਸੀਂ ਆਪਣੇ ਘਰ 'ਚ ਬਹਿ ਕੇ ਨਹੀਂ ਨਾ ਦੇਖਦੇ, ਉਹ ਸਾਡਾ ਕਲਚਰ ਨਹੀਂ ਹੈ, ਉਹ ਸਾਡੀ ਪਰਸਨਲ ਲਾਈਫ ਹੈ, ਹੈ ਨਾ, ਅਸੀਂ ਕੋਈ ਗੰਦੀ ਕੋਈ ਚੀਜ਼ ਆਉਂਦੀ ਹੈ ਤਾਂ ਅਸੀਂ ਦੇਖਦੇ ਹਾਂ ਉਹਨੂੰ, ਪਰ ਅਸੀਂ ਇੱਕਦਮ ਉਹਦੀ ਆਵਾਜ਼ ਘੱਟ ਕਰਦੇ ਹਾਂ। ਬੋਲੀਵੁੱਡ ਦੀ ਕੀ ਪ੍ਰੋਬਲਮ ਹੈ, ਉਹ ਪਰਵਾਹ ਨਹੀਂ ਕਰਦੇ, ਪੰਜਾਬ ਦੀ ਤਾਂ ਖਾਸ ਕਰਕੇ ਪਰਵਾਹ ਨਹੀਂ ਕਰਦੇ, ਪੰਜਾਬ ਦੀ ਤਾਂ ਉਹਨਾਂ ਨੂੰ ਲੱਗਦਾ ਵੀ ਠੀਕ ਹੈ ਯਾਰ, ਇਹ ਤਾਂ ਐਵੇਂ ਹੀ ਬੱਲੇ ਬੱਲੇ ਹੈ ਯਾਰ, ਸ਼ਾਬਾ ਸ਼ਾਬਾ ਯਾਰ, ਅਸੀਂ ਇੰਨੇ ਡੀਪ ਬੰਦੇ ਆ, ਸਾਡੇ ਨਾਲ ਬੈਠ ਕੇ ਤੁਸੀਂ ਸ਼ਾਇਰੀ ਦੀ ਗੱਲ ਕਰੋ, ਹੈ ਨਾ, ਤੁਸੀਂ ਸਾਡੇ ਨਾਲ ਅਧਿਆਤਮ ਦੀ ਗੱਲ ਕਰੋ, ਅਗਰ ਇਹ ਗੱਲ ਹੁੰਦੀ ਤਾਂ ਫਿਰ ਤਾਂ ਪੰਜਾਬ 'ਚ ਦੂਸਰੀਆਂ ਜਾਤਾਂ ਦੇ ਲੋਕਾਂ ਨੂੰ ਤਾਂ ਅੱਜ ਤੱਕ ਮਾਰ ਦਿੱਤਾ ਜਾਂਦਾ, ਕਿਸੇ ਨੂੰ ਮਾਰਿਆ ਥੋੜ੍ਹਾ, ਵਰਿੰਦਰ ਨੂੰ ਇਸ ਕਰਕੇ ਥੋੜ੍ਹਾ ਉਹਨਾਂ ਨੇ ਮਾਰਿਆ ਸੀ ਕਿ ਉਹ ਵਰਿੰਦਰ ਜਿਹੜਾ ਉਹ ਕਿਸੇ ਹੋਰ ਜਾਤ ਦਾ ਸੀ, ਹੈ ਨਾ, ਜਾਂ ਦਿਲਸ਼ਾਦ ਅਖਤਰ ਨੂੰ ਇਸ ਕਰਕੇ ਥੋੜ੍ਹਾ ਮਾਰਿਆ। ਬਹੁਤ ਸਾਰੇ ਲੋਕ ਪੰਜਾਬ ਦੇ ਪੇਸ਼ ਵੀ ਪਏ ਹੋਏ ਆ ਹੁਣ, ਹੈ ਨਾ, ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਬਦਨਾਮ ਕਰ ਰਹੇ, ਕਦੀ ਉਹਨਾਂ ਨੂੰ ਖਾਲਿਸਤਾਨੀ ਬੋਲ ਦਿੰਦੇ ਪੰਜਾਬੀਆਂ ਨੂੰ, ਕਦੀ ਉਹ ਬੋਲ ਦਿੰਦੇ ਕਿ ਇਹ ਜੇ ਦੇਖੋ ਕਿਸਾਨ ਜਿਹੜੇ ਆ ਇਹ ਡੁਪਲੀਕੇਟ ਨੇ, ਕਦੀ ਇਹ ਨਕਲੀ ਨੇ, ਇਹ ਜੇ। ਤੁਸੀਂ ਉਸ ਚੀਜ਼ ਨੂੰ ਕਲਚਰ ਬਾਰੇ ਕਿਹਾ ਹੈ ਕਿ ਉਹ ਕਲਚਰ ਨਹੀਂ ਸੀਗਾ ਜਿਹੜਾ ਤੁਸੀਂ ਫਿਲਮ 'ਚ ਦਿਖਾਇਆ ਗਿਆ, ਤੁਹਾਨੂੰ ਇਹ ਚੀਜ਼ ਤੁਸੀਂ ਕਿਹੜੇ ਕੀ ਸੋਚ ਕੇ ਬੋਲੀ ਕਿ ਤੁਹਾਨੂੰ ਇਹ ਕਿਉਂ ਲੱਗਿਆ ਕਿ ਹਾਂ ਵੀ ਜਿਹੜੀ ਚਮਕੀਲਾ ਫਿਲਮ ਬਣੀ ਹੈ ਦਲਜੀਤ ਦੋਸਾਂਝ ਭਾਈ ਦੀ? ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਫਿਲਮ ਬਣੀ ਹੈ ਉਹ 'ਚ ਮੈਂ ਵੀ ਬਹੁਤ ਸਪੋਰਟ ਕੀਤੀ, ਮਤਲਬ ਮੈਨੂੰ, ਆਈ ਐਮ ਸੋਰੀ ਟੂ ਸੇ, ਮੈਨੂੰ ਖੁਦ ਕਹਿਣਾ ਪੈ ਰਿਹਾ, ਪਰ ਉਹ ਇਮਤਿਆਜ਼ ਉਹਨਾਂ ਨੂੰ ਪਤਾ ਹੈ, ਉਹ ਆਪਣੇ ਦੋਸਤ ਹੈ ਬਹੁਤ ਜ਼ਿਆਦਾ, ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਬਣਨ ਤੋਂ ਪਹਿਲਾਂ, ਸ਼ੁਰੂਆਤ ਹੀ ਮੇਰੇ ਤੋਂ ਸ਼ੁਰੂ ਹੋਈ ਸੀ, ਮੈਂ ਮੁਕੇਸ਼ ਅਤੇ ਇਮਤਿਆਜ਼ ਬੈਠੇ ਸੀ, ਉਹਨਾਂ ਦੇ ਬ੍ਰਦਰ ਪਹਿਲਾਂ ਬਣਾ ਰਹੇ ਸੀ ਇਹ ਫਿਲਮ। ਐਨੀਵੇਜ਼ ਉਹ ਸਟੋਰੀਆਂ 'ਚ ਨਹੀਂ ਮੈਂ ਜਾਣਾ ਚਾਹੁੰਦਾ, ਉਹ ਠੀਕ ਆ, ਉਹ ਸਾਡੀਆਂ ਆਪਣੀਆਂ ਪਰਸਨਲ ਗੱਲਾਂ ਨੇ। ਫਿਲਮ ਬਣੀ, ਮੈਂ ਉਹਨਾਂ ਦੀ ਬਹੁਤ ਹੈਲਪ ਕੀਤੀ, ਇਹਨੂੰ ਮਿਲ, ਇਹਨੂੰ ਮਿਲ, ਇਹਨੂੰ ਮਿਲ, ਉਹ ਵੀ ਹੁੰਦੀ ਹੈ, ਆਪਾਂ ਬਹੁਤ ਸਾਰਿਆਂ ਲੋਕਾਂ ਦੀ ਕਰਦੇ ਹਾਂ, ਮੈਂ ਤਾਂ ਕਰਦਾ ਰਹਿੰਦਾ, ਅਤੇ ਇਹ 'ਚ ਕੋਈ ਸ਼ੱਕ ਉਹ ਨਹੀਂ ਹੈ। ਬਹੁਤ ਥਿਨ ਲਾਈਨ ਹੁੰਦੀ ਹੈ ਅਤੇ ਬਹੁਤ ਔਖਾ ਹੁੰਦਾ ਜਦੋਂ ਤੁਸੀਂ ਕਿਸੇ ਮੁੱਦੇ ਨੂੰ ਮਹਿਸੂਸ ਕਰ ਰਹੇ ਹੁੰਦੇ ਹੋ ਅਤੇ ਬੋਲਦੇ ਨਹੀਂ ਹੋ, ਕਿਉਂਕਿ ਤੁਸੀਂ ਇਸ ਕਰਕੇ ਸੋਚਦੇ ਵੀ ਤੁਸੀਂ ਜਸਬੀਰ ਜੱਸੀ ਹੋ ਜਾਂ ਤੁਸੀਂ ਗੁਰਦਾਸ ਮਾਨ ਹੋ ਜਾਂ ਤੁਸੀਂ ਹੰਸ ਰਾਜ ਹੋ ਜਾਂ ਹਰਭਜਨ ਮਾਨ ਹੋ ਜਾਂ ਜਿਹੜੇ ਵੱਡੇ ਨਾਮ ਹੈ ਜਾਂ ਜੋ ਵੀ ਹੈ, ਇੱਕ ਸਤਿੰਦਰ ਸਰਤਾਜ ਹੋ, ਬੰਦਾ ਸੋਚਦਾ ਯਾਰ ਮੈਂ ਬੋਲਾਂਗਾ ਫਸ ਨਾ ਜਾਵਾਂ, ਪਰ ਅੰਦਰ ਤੁਹਾਨੂੰ ਤੰਗ ਕਰਦਾ ਹੁੰਦਾ ਕਿ ਇਹ ਗਲਤ ਹੋ ਰਿਹਾ। ਜਦੋਂ 15 ਸਾਲ ਪਹਿਲੇ ਤੋਂ ਮੈਂ ਸ਼ੁਰੂ ਕਰਦਾ, ਜਦੋਂ ਡਰੱਗ ਦੇ ਗਾਣੇ ਆਉਣੇ ਸ਼ੁਰੂ ਹੋਏ ਸੀ, ਸਭ ਤੋਂ ਪਹਿਲਾ ਬੰਦਾ ਮੈਂ ਸੀ, ਸਾਰੇ ਨੇ ਇਲਜ਼ਾਮ ਲਾਉਣੇ ਸ਼ੁਰੂ ਕੀਤੇ ਹੋਏ ਵੀ ਇਹ ਫਲਾਣਾ ਬੰਦਾ ਆਇਆ ਹੁਣ ਜੱਸੀ ਜੈਲਸੀ ਕਰ ਰਿਹਾ, ਇਹ ਹੋ ਗਿਆ, ਉਹ ਬੜੀ ਮੈਨੂਪਲੇਸ਼ਨ ਹੋਈ ਮੇਰੇ ਖਿਲਾਫ਼, ਪਰ ਮੈਂ ਹਟਿਆ ਨਹੀਂ, ਮੈਂ ਕਿਹਾ ਤੁਹਾਨੂੰ ਇਹਦਾ ਨੁਕਸਾਨ ਹੋਏਗਾ, ਤੁਸੀਂ ਕੱਢ ਲਿਓ ਮੇਰੀਆਂ ਸਾਰੀਆਂ ਇੰਟਰਵਿਊ, ਮਤਲਬ
ਬਹੁਤ ਵੱਡੀਆਂ ਵੱਡੀਆਂ ਇੰਟਰਵਿਊ ਜਿਹਦੇ ਵਿੱਚ ਮੈਂ ਬੋਲਿਆ ਹੋਇਆ, ਬੜੇ ਬੜੇ ਵੱਡੇ ਟਾਈਟਲ ਨੇ ਜਿਹਦੇ 'ਚ ਮੈਂ ਬੋਲਿਆ ਹੋਇਆ, ਅਤੇ ਜਦੋਂ ਮੈਂ ਉਹ ਅੱਜ ਤੁਹਾਨੂੰ ਨੁਕਸਾਨ ਦੇਖਣ ਨੂੰ ਮਿਲੇ, 5-7-10 ਸਾਲ ਤੋਂ ਨੁਕਸਾਨ ਦੇਖਣ ਨੂੰ ਮਿਲ ਰਹੇ ਆ, 15-17 ਸਾਲ ਪਹਿਲਾਂ ਮੈਂ ਬੋਲਣਾ ਸ਼ੁਰੂ ਕੀਤਾ ਸੀਗਾ, ਬੜਾ ਔਖਾ ਸੀਗਾ ਕਿਉਂਕਿ ਇੱਕ ਆਰਟਿਸਟ ਹੁਣ ਵੀ ਚਮਕੀਲੇ ਦੇ ਉੱਤੇ ਦੇਖੋ ਦਲਜੀਤ ਛਾ ਰਿਹਾ ਔਰ ਅੱਛਾ ਲੱਗ ਰਿਹਾ ਕਿ ਉਹ ਬੰਦਾ ਬਹੁਤ ਗਰੋਥ ਕਰ ਰਿਹਾ, ਉਹਦੀ ਗਰੋਥ ਹੈ, ਪੰਜਾਬੀ ਇੱਕ ਬੰਦਾ ਛਾ ਰਿਹਾ ਹੈ ਨਾ, ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਨਾਮ ਉੱਚਾ ਕਰ ਰਿਹਾ, ਪੱਗ ਦੀ ਸ਼ਾਨ ਜਿਹੜੀ ਉੱਚੀ ਕਰ ਰਿਹਾ, ਉਸ ਟਾਈਮ 'ਤੇ ਤੁਸੀਂ ਕਿਸੇ ਹੋਰ ਮੁੱਦੇ ਦੇ ਉੱਤੇ ਕੱਢ ਕੇ ਲਿਆ ਕੇ ਬੋਲਣਾ, ਕਿਉਂਕਿ ਤੁਹਾਨੂੰ ਪਤਾ ਕਿ ਲੋਕਾਂ ਨੇ ਤੁਹਾਨੂੰ ਕਹਿਣਾ ਇਹਦੇ 'ਤੇ, ਇਹਨੂੰ ਲੋਕ ਕਹਿਣਗੇ ਕਿ ਜੈਲਸ ਹੈ, ਕਿਉਂਕਿ ਮੇਰਾ ਸੇਮ ਪ੍ਰੋਫੈਸ਼ਨ 'ਚ ਹੋਇਆ, ਅਸੀਂ ਵੀ ਥੋੜ੍ਹੇ ਬਹੁਤ ਸ਼ੋਅ ਕਰਦੇ ਹਾਂ, ਭਾਵੇਂ ਮਤਲਬ ਉਹ ਕਿਤੇ ਅਲੱਗ ਅਲੱਗ ਪਲੈਟਫਾਰਮ 'ਤੇ ਕਰਦੇ ਹਾਂ, ਪਰ ਕਰਦੇ ਤਾਂ ਹੈਗੇ ਹਾਂ, ਪਰ ਤੁਹਾਡਾ ਬੋਲਣਾ ਬੜਾ ਜ਼ਰੂਰੀ ਹੋ ਜਾਂਦਾ ਜਦੋਂ ਔਰ ਅੱਜ ਕੱਲ੍ਹ ਮੀਡੀਆ ਇੰਨਾ ਕੁ ਜ਼ਿਆਦਾ ਟੈਕਲ ਹੋ ਗਿਆ, ਤੁਹਾਨੂੰ ਵੀ ਪਤਾ ਤੁਸੀਂ ਮੀਡੀਆ ਦੇ ਬੰਦੇ ਹੋ ਕਿ ਕੁਛ ਗਲਤ ਚੀਜ਼ਾਂ ਨੂੰ ਬਹੁਤ ਜ਼ਿਆਦਾ ਪ੍ਰੋਜੈਕਟ ਕੀਤਾ ਜਾਂਦਾ, ਕੁਛ ਵੀ ਗਲਤ ਚੀਜ਼ ਨੂੰ, ਮੰਨ ਲਓ ਇਹਦਾ ਗਾਣਾ ਆ, ਹੁਣ ਇਹ ਲਾਇਰ ਗਾਣਾ ਜਿਹੜਾ ਆਇਆ, ਉਹ ਗਾਣਾ ਜੇ ਅੱਛਾ ਨਾ ਹੋਏ ਹੈ ਨਾ, ਜੇ ਅੱਛਾ ਹੋਏ ਜਾਂ ਅੱਛਾ ਨਾ ਹੋਏ, ਉਹਨੂੰ ਅਸੀਂ ਇੰਨਾ ਕੁ ਪ੍ਰਮੋਟ ਕਰ ਦਈਏ ਕਿ ਲੋਕਾਂ ਨੂੰ ਕਹਿਣਾ ਹੀ ਬੜਾ ਮੁਸ਼ਕਿਲ ਹੋ ਜਾਂਦਾ, ਤੁਸੀਂ ਵੀ ਕਹਿਣੋ ਡਰੋਗੇ ਵੀ ਨਹੀਂ ਯਾਰ ਆਪਾਂ ਖਿਲਾਫ ਨਹੀਂ ਬੋਲਣਾ ਹੈ ਨਾ, ਕਿਉਂਕਿ ਤੁਹਾਨੂੰ ਹੈਮਰ ਹੀ ਬਹੁਤ ਕਰ ਰਿਹਾ, ਤੁਹਾਨੂੰ ਹਰ ਟਾਈਮ ਆ ਰਿਹਾ ਉਹ। ਫਿਰ ਜਦੋਂ ਚਮਕੀਲਾ ਆਈ, ਮੈਨੂੰ ਤਾਂ ਬਹੁਤ ਕਿਊਰੀਓਸਿਟੀ ਸੀ, ਸਭ ਮੈਨੂੰ ਲੱਗਦਾ ਸਭ ਤੋਂ ਪਹਿਲੀ ਨੈੱਟਫਲਿਕਸ 'ਤੇ ਮੈਂ ਦੇਖੀ ਹੋਣੀ ਫਿਲਮ, ਮੈਨੂੰ ਉਹਦੀ ਰਿਸਰਚ ਬਾਰੇ ਬਹੁਤ ਪਤਾ ਹੈ, ਇਹ ਇਮਤਿਆਜ਼ ਉਹਨਾਂ ਨੂੰ ਵੀ ਪਤਾ, ਕਿਉਂਕਿ ਮੇਰਾ ਦੋਸਤ ਹੈ ਗੁੰਜਤ ਚੋਪੜਾ ਜਿਹਨੇ ਸਭ ਤੋਂ ਜ਼ਿਆਦਾ ਰਿਸਰਚ ਇਹਦੇ 'ਤੇ ਕੀਤੀ, 8 ਸਾਲ ਉਹਨੇ ਰਿਸਰਚ ਕੀਤੀ ਹੈ। ਜਦੋਂ ਮੈਂ ਦੇਖਿਆ ਕਿ ਉਹ ਫਿਲਮ ਦਾ ਜ਼ਿਕਰ ਹੋਣ ਲੱਗਿਆ, ਥੀਏਟਰਾਂ 'ਚ ਤਾਂ ਆਈ ਨਹੀਂ ਫਿਲਮ, ਸਾਨੂੰ ਪਤਾ ਨਹੀਂ ਲੱਗਿਆ ਵੀ ਉਹ ਚੱਲੀ ਹੈ ਕਿ ਨਹੀਂ ਚੱਲੀ, ਨੈੱਟਫਲਿਕਸ 'ਤੇ ਹੀ ਹੈ ਅਤੇ ਜਾਂ ਸੋਸ਼ਲ ਮੀਡੀਆ 'ਤੇ, ਦੋ ਚੀਜ਼ਾਂ ਦਾਵਾਂ 'ਤੇ ਹੈ ਨਾ, ਉੱਥੇ ਐਕਚੁਅਲ 'ਤੇ ਖਿੜਕੀ 'ਤੇ ਜਾ ਕੇ ਪਤਾ ਲੱਗਦਾ ਨਾ ਵੀ ਲੋਕ ਖਰੀਦਦੇ ਆ ਕਿ ਨਹੀਂ ਖਰੀਦਦੇ, ਪਰ ਚਲੋ ਛੱਡ ਦਿਉ ਆਪਾਂ ਉਸ ਗੱਲ ਦੇ ਵਿੱਚ ਪੈਣਾ ਨਹੀਂ, ਉਹਨਾਂ ਨੇ ਨੈੱਟਫਲਿਕਸ ਨੂੰ ਦੇਤੀ, ਉਹਨਾਂ ਨੇ ਵੀ ਫਾਇਦਾ ਲੈਣਾ, ਦਲਜੀਤ ਨੇ ਵੀ ਆਪਣਾ ਫਾਇਦਾ ਲੈਣਾ, ਅੱਛੀ ਗੱਲ ਹੈ, ਲੈਣਾ ਵੀ ਚਾਹੀਦਾ, ਪਰ ਔਰ ਬੋਲੀਵੁੱਡ ਇਹ ਨਹੀਂ ਦੇਖਦਾ ਕਦੀ ਕਿ ਇਹਦੇ ਨਾਲ ਕਿਸੇ ਸਮਾਜ ਨੂੰ ਫਾਇਦਾ ਹੋ ਰਿਹਾ ਕਿ ਨੁਕਸਾਨ ਹੋ ਰਿਹਾ। ਉਹਨਾਂ ਨੇ ਇੱਕ ਡਾਇਲੌਗ ਦੇ ਨਾਲ ਪੰਜਾਬ ਦੇ ਵਿੱਚ ਲੜਾਈ ਵਾਲੇ ਮਾਹੌਲ ਕਰਾ ਦਿੱਤੇ ਕਿ ਇਹਨੂੰ ਇਸ ਕਰਕੇ ਮਾਰਿਆ ਕਿ ਕਿਸੇ ਹੋਰ ਜਾਤ ਦਾ ਸੀ, ਇਹ ਗੱਲ ਨਹੀਂ ਹੈ। ਪੰਜਾਬ ਦੇ ਵਿੱਚ ਸ਼ਬਦ ਵੀ ਯੂਜ਼ ਕੀਤਾ ਹੈ ਨਾ, ਉਹ ਗੱਲ ਹੈ ਹੀ ਨਹੀਂ। ਮੈਨੂੰ ਜਿਹੜੇ ਕ੍ਰਿਟੀਸਾਈਜ਼ ਕਰ ਰਹੇ ਆ ਉਹ ਵੀ ਉਸ ਆਈ ਟੀ ਸੈੱਲ ਦੇ ਜਾਂ ਉਸ ਥੋੜ੍ਹੇ ਜਿਹੇ ਹਾਂ ਦੇ ਜਿਹੜੇ ਲੋਕ ਹੈਗੇ ਆ ਉਹਦੇ ਉਹ ਨੇ, ਇਹ ਗੱਲ ਨਹੀਂ ਹੈ। ਅਗਰ ਇਹ ਗੱਲ ਹੁੰਦੀ ਤਾਂ ਫਿਰ ਤਾਂ ਪੰਜਾਬ 'ਚ ਦੂਸਰੀਆਂ ਜਾਤਾਂ ਦੇ ਲੋਕਾਂ ਨੂੰ ਤਾਂ ਅੱਜ ਤੱਕ ਮਾਰ ਦਿੱਤਾ ਜਾਂਦਾ, ਕਿਸੇ ਨੂੰ ਮਾਰਿਆ ਥੋੜ੍ਹਾ, ਵਰਿੰਦਰ ਨੂੰ ਇਸ ਕਰਕੇ ਥੋੜ੍ਹਾ ਉਹਨਾਂ ਨੇ ਮਾਰਿਆ ਸੀ ਕਿ ਉਹ ਵਰਿੰਦਰ ਜਿਹੜਾ ਉਹ ਕਿਸੇ ਹੋਰ ਜਾਤ ਦਾ ਸੀ ਹੈ ਨਾ, ਜਾਂ ਦਿਲਸ਼ਾਦ ਅਖਤਰ ਨੂੰ ਇਸ ਕਰਕੇ ਥੋੜ੍ਹਾ ਮਾਰਿਆ, ਉਹ ਤਾਂ ਉਹ ਹੋਰ ਮੁੱਦੇ ਸੀਗੇ। ਪੰਜਾਬ ਸ਼ਾਂਤੀ ਨਾਲ ਰਹਿਣ ਵਾਲਾ ਉਹ ਹੈ, ਮੈਨੂੰ ਇਹ ਖਤਰਾ ਪੈ ਗਿਆ ਕਿ ਹੁਣ ਇਹ ਇੰਨਾ ਕੁ ਪ੍ਰੋਜੈਕਟ ਕਰਦੇ ਜਾ ਰਹੇ ਆ, ਇੰਨਾ ਕੁ ਪ੍ਰੋਜੈਕਟ ਕਰਦੇ, ਕਈ ਵਾਰੀ ਆਰਟਿਸਟ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਇਹਦਾ ਇਹਦੇ ਕੋਰਸ ਸੀਕੁਐਂਸ ਜਿਹੜੇ ਉਹ ਕੀ ਹੋਣਗੇ, ਫਾਇਦੇ ਨੁਕਸਾਨ ਕੀ ਹੋਣਗੇ, ਉਹ ਤਾਂ ਬਸ ਕਰ ਦਿੰਦਾ ਗੱਲ ਹੈ ਨਾ। ਫਿਰ ਮੈਨੂੰ ਲੱਗਦਾ ਬੋਲਿਆ ਮੈਂ, ਫਿਰ ਲੋਕ ਮੇਰੇ ਨਾਲ ਵੀ ਖੜ੍ਹੇ ਹੋਏ ਆ ਬਹੁਤ ਜ਼ਿਆਦਾ, ਉਹ ਥੋੜ੍ਹੇ ਲੋਕ ਉਹਦੇ ਵਾਸਤੇ ਵੀ ਬੋਲ ਰਹੇ ਵੀ ਜੈਲਸ ਲਈ ਬੋਲ ਰਿਹਾ। ਦੇਖੋ ਇਹੋ ਜਿਹੀਆਂ ਚੀਜ਼ਾਂ ਦੀ ਜੇ ਤੁਸੀਂ ਪਰਵਾਹ ਕਰਨ ਲੱਗ ਜਾਓ ਨਾ, ਫਿਰ ਤਾਂ ਲੋਕਾਂ ਦੇ ਕਿਸੇ ਨੂੰ ਵੀ ਨਹੀਂ ਛੱਡਿਆ। ਤੁਹਾਨੂੰ ਕਿਹੜੀ ਚੀਜ਼ ਲੱਗੀ ਸੀ ਗਲਤ, ਮਤਲਬ ਕਿ ਕਿਹੜੀ ਚੀਜ਼ ਤੁਹਾਨੂੰ ਉੱਥੇ ਹਾਈਲਾਈਟ ਕੀਤਾ? ਮੈਨੂੰ ਇਹ ਗੱਲ ਗਲਤ ਲੱਗੀ ਕਿ ਜਦੋਂ ਫਿਲਮ ਜਿਹੜੀ ਸਟਾਰਟ ਹੁੰਦੀ ਹੈ ਉਹ 'ਚੋਂ ਸੈਕਸ ਦੀ ਗੱਲ ਕਰਦੇ ਆ, ਚਮਕੀਲਾ ਆਰਟਿਸਟ ਬਹੁਤ ਵੱਡਾ ਸੀ, ਉਹਦੇ ਕੁਝ ਗਾਣਿਆਂ ਦੇ ਸਬਜੈਕਟ ਗਲਤ ਸੀ, ਜੋ ਜਿਹਨੂੰ ਸਿਰਫ ਉਹਨਾਂ ਨੇ ਉਹਨੂੰ ਹੀ ਚੁੱਕਿਆ, ਉਹਨਾਂ ਨੇ ਤਲਵਾਰ ਮੈਂ ਕਲਗੀ ਧਰਦੀ 'ਤੇ ਚੁੱਕਿਆ ਹੀ ਨਹੀਂ, ਉਹ ਵੀ ਬਹੁਤ ਵੱਡਾ ਗਾਣਾ ਸੀਗਾ, ਉਹਦਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਵੀ ਬਹੁਤ ਵੱਡਾ ਗਾਣਾ ਸੀਗਾ, ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਤਾਂ ਸਭ ਤੋਂ ਵੱਡਾ
ਜਦਕਿ ਉਹ ਵਲਗਰ ਗਾਣਾ ਨਹੀਂ ਹੈ ਨਾ। ਬਾਕੀ ਸਬਜੈਕਟ ਮੈਂ ਉਹ ਤੱਕਦਾ ਰਿਹਾ, ਮੈਂ ਸਿਖਰ ਦੁਪਹਿਰੇ ਨਾਉਂਦੀ ਰਹੀ, ਜਾਂ ਮੈਂ ਹੁਣ ਜਿਹੜੀ ਜ਼ਿਕਰ ਕਰਾਂਗਾ ਨਿਊਜ਼ 18 ਦੀ ਤਾਂ ਵੈਸੇ ਹੀ ਬੜਾ ਬੁਰਾ ਲੱਗਾਂਗਾ। ਹੋ ਸਕਦਾ ਉਨਾ ਕੱਟ ਕੇ ਕੋਈ ਲਗਾ ਦੇਗਾ ਕਿ ਇਹ ਦੇਖੋ ਇਹ ਕੀ ਬੋਲ ਰਿਹਾ ਹੈ ਨਾ, ਕੰਡਾ ਕੱਢਿਆ ਨਾ ਜਿੰਨੇ ਭੈਣ ਦੀ ਨਨਾਣ ਦਾ, ਇਹ ਕੋਈ ਗੱਲ ਥੋੜ੍ਹੀ ਯਾਰ, ਸਾਡਾ ਕਲਚਰ ਥੋੜ੍ਹਾ ਹੈ ਨਾ। ਜਾਂ ਮਤਲਬ ਹੁਣ ਬੋਲਣਾ ਹੀ ਮੁਸ਼ਕਿਲ, ਆਟੇ ਵਾਂਗ ਗੁੰਨਤੀ ਬਗਾਨੇ ਪੁੱਤ ਨੇ, ਇਹ ਕੋਈ, ਇਹ ਸਾਡਾ ਕਲਚਰ ਥੋੜ੍ਹਾ ਯਾਰ। ਸਾਡਾ ਕਲਚਰ ਕੁਲਦੀਪ ਮਾਨ ਛੋਟਾ ਆਰਟਿਸਟ ਸੀ ਯਾਰ, ਮੁਹੰਮਦ ਸਦੀਕ ਸਾਡਾ ਛੋਟਾ ਆਰਟਿਸਟ ਹੈ ਨਾ, ਦੀਦਾਰ ਸੰਧੂਣੀ ਅਜੇ ਕਿ ਉਹਨਾਂ 'ਤੇ ਵੀ ਇਲਜ਼ਾਮ ਲੱਗਦੇ ਕਿ ਉਹਨਾਂ ਨੇ ਕੁਛ ਗਾਣੇ ਵਲਗਰ ਗਾਏ, ਪਰ ਉਹਨਾਂ ਨੇ ਕੁਲਦੀਪ ਮਾਨਕ ਸਾਹਿਬ ਨੇ ਕਿੱਡੇ ਕਿੱਡੇ ਗਾਣੇ ਗਾਏ ਯਾਰ ਜਿਹੜੇ ਮਸ਼ਹੂਰ ਨੇ, ਜਿਹੜੇ ਉਹਨਾਂ ਨੇ ਵਲਗਰ ਗਾਏ ਉਹ ਕਿਸੇ ਨੂੰ ਪਤਾ ਵੀ ਨਹੀਂ ਹੈ। ਸਿਰਫ ਚਮਕੀਲੇ ਦੇ ਕੁਛ ਗਾਣੇ, ਕਿਉਂਕਿ ਚਮਕੀਲਾ ਆਰਟਿਸਟ ਵੱਡਾ ਸੀ ਇਸ ਕਰਕੇ ਬਹੁਤ ਪਾਪੂਲਰ ਸੀਗਾ, ਉਹ ਐਨਰਜੀ ਹੁੰਦੀ ਹੈ, ਐਨਰਜੀ ਵਾਲਾ ਆਰਟਿਸਟ ਸੀਗਾ, ਐਨਰਜੀ ਲੋਕਾਂ ਵਿੱਚ ਉਹ ਵੰਡਦਾ ਸੀਗਾ, ਪਰਫੋਰਮਰ ਵੱਡਾ ਸੀਗਾ। ਸੋ ਉਸ ਕਰਕੇ ਮੈਂ ਬੋਲਿਆ ਕਿ ਕਿਤੇ ਹੁਣ ਹੋਰ ਉਹ ਇੱਕ ਮੋੜਾ ਹੀ ਪਾਉਣਾ ਹੁੰਦਾ ਤੁਸੀਂ, ਉਹ ਇੱਕ ਬੰਦੇ ਨਹੀਂ ਬੋਲਣਾ ਹੁੰਦਾ, ਕਿਉਂਕਿ ਕੋਈ ਵੀ ਨਹੀਂ ਬੋਲ ਰਿਹਾ, ਡਰਦੇ ਹੈ ਨਾ ਵਿਚਾਰੇ, ਮੈਂ ਵੀ ਡਰਦਾ ਸੀ। ਮੈਂ ਪਹਿਲੇ ਦਿਨ ਜਦੋਂ ਫਿਲਮ ਲਿਖੀ ਤਾਂ ਮੈਂ ਦੇਖੀ ਤਾਂ ਮੈਂ ਕੁਛ ਲਿਖਿਆ ਸੀ ਉਹਦੇ ਬਾਰੇ, ਪਰ ਮੈਂ ਨਹੀਂ ਬੋਲਿਆ, ਮੈਂ ਕਿਹਾ ਨਹੀਂ ਯਾਰ, ਕਿਉਂਕਿ ਫਿਲਮ ਉਹ ਅਲੱਗ ਸਬਜੈਕਟ ਹੈ ਕਿ ਫਿਲਮ ਮੈਨੂੰ ਅੱਛੀ ਲੱਗੀ ਬੁਰੀ ਲੱਗੀ ਹੈ ਨਾ। ਅਜੇ ਕਿ ਮੈਨੂੰ ਦਲਜੀਤ ਦਾ ਕੰਮ ਬਹੁਤ ਅੱਛਾ ਲੱਗਿਆ ਉਹਦੇ ਵਿੱਚ, ਪਰ ਓਵਰਆਲ ਫਿਲਮ ਕਿੱਦਾਂ ਦੀ ਲੱਗੀ ਉਹਦੇ ਬਾਰੇ ਮੈਂ ਲਿਖਣਾ ਚਾਹੁੰਦਾ। ਤੁਸੀਂ ਵੀ ਚੀਜ਼ ਫੀਲ ਕਰਦੇ ਹੋ ਕਿਤੇ ਨਾ ਕਿਤੇ ਦਿਲਜੀਤ ਦੋਸਾਂਝ ਜਿਹੜਾ ਬਹੁਤ ਵੱਡਾ ਆਰਟਿਸਟ ਆ, ਅਗਰ ਤੁਸੀਂ ਉਸ ਕਲਚਰ ਨੂੰ ਗਲਤ ਕਹਿ ਰਹੇ ਹੋ ਤਾਂ ਤੁਸੀਂ ਇਹ ਐਕਸਪੈਕਟ ਕਰਦੇ ਹੋ ਕਿ ਕਿਤੇ ਨਾ ਕਿਤੇ ਦਿਲਜੀਤ ਦਾ ਵੀ ਬੋਲਣ ਦਾ ਹੱਕ ਹੈਗਾ ਜਾਂ ਉਹਨੂੰ ਬੋਲਣਾ ਚਾਹੀਦਾ ਸੀ ਆ ਕਿਤੇ। ਨਹੀਂ, ਦਿਲਜੀਤ ਦਾ ਇਹਦੇ 'ਚ ਕਸੂਰ ਨਹੀਂ ਹੋ ਸਕਦਾ, ਕਿਉਂਕਿ ਦਿਲਜੀਤ ਜਿਹੜਾ ਆਰਟਿਸਟ ਹੁੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਪਿੱਛੇ ਕੀ ਚੱਲ ਰਿਹਾ, ਔਰ ਇਹ ਵੀ ਕੋਈ ਪਤਾ ਨਹੀਂ ਹੁੰਦਾ ਵੀ ਪਿੱਛੇ ਫਿਰ ਕੌਣ ਲੋਕ ਆ ਜਾਂਦੇ ਤੁਹਾਡੇ। ਬਹੁਤ ਸਾਰੇ ਲੋਕ ਪੰਜਾਬ ਦੇ ਪੇਸ਼ ਵੀ ਪਏ ਹੋਏ ਆ ਹੁਣ ਹੈ ਨਾ, ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਬਦਨਾਮ ਕਰ ਰਹੇ, ਕਦੀ ਉਹਨਾਂ ਨੂੰ ਖਾਲਿਸਤਾਨੀ ਬੋਲ ਦਿੰਦੇ ਪੰਜਾਬੀਆਂ ਨੂੰ, ਕਦੀ ਉਹ ਬੋਲ ਦਿੰਦੇ ਕਿ ਇਹ ਜੇ ਦੇਖੋ ਕਿਸਾਨ ਜਿਹੜੇ ਆ ਇਹ ਡੁਪਲੀਕੇਟ ਨੇ, ਕਦੀ ਇਹ ਨਕਲੀ ਨੇ, ਇਹ ਜੇ ਉਹ। ਤੋ ਹਰ ਤਰੀਕੇ ਨਾਲ ਕਈ ਆਈ ਟੀ ਸੈੱਲ, ਕੋਈ ਕੋਈ ਸਰਕਾਰਾਂ ਦਾ ਦੋਸ਼ ਲਾ ਲਓ, ਕੁਝ ਵੀ ਕਹਿ ਲਓ, ਉਹਦੇ 'ਚ ਮੈਂ ਨਹੀਂ ਪੈਂਦਾ, ਉਹ ਪੰਜਾਬ ਨੂੰ ਬਦਨਾਮ ਕਰ ਰਹੇ। ਅਤੇ ਇਸ ਤਰੀਕੇ ਨਾਲ ਵੀ ਦੇਖੋ ਸਾਡੇ ਕੋਲ ਹੀਰੋ ਛੋਟੇ ਹੀਰੋ ਨੇ ਯਾਰ, ਸਾਡੇ ਕੋਲ ਗੁਰੂ ਗੋਬਿੰਦ ਸਿੰਘ ਛੋਟੇ ਹੀਰੋ ਨੇ। ਅਸੀਂ ਲੋਕਾਂ ਨੂੰ ਜਾ ਕੇ, ਮਤਲਬ ਆਈ ਐਮ ਸੋਰੀ ਟੂ ਸੇ, ਮੈਂ ਜੈਲਸ ਫੈਕਟਰ ਨਾਲ ਨਹੀਂ ਬੋਲ ਰਿਹਾ ਯਾਰ, ਅਸੀਂ ਗੁਰੂ ਗੋਬਿੰਦ ਸਿੰਘ ਬਾਰੇ ਦੱਸਾਂਗੇ ਜਦੋਂ ਪੰਜਾਬ ਬਾਰੇ ਦੱਸਾਂਗੇ, ਹੈ ਨਾ, ਅਸੀਂ ਗੁਰੂ ਨਾਨਕ ਬਾਰੇ ਦੱਸਾਂਗੇ, ਅਸੀਂ ਬਾਬਾ ਸ਼ੇਖ ਫਰੀਦ ਬਾਰੇ ਦੱਸਾਂਗੇ, ਹੈ ਨਾ, ਆਪਾਂ ਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਦੱਸਾਂਗੇ, ਅਸੀਂ ਚਮਕੀਲੇ ਬਾਰੇ ਥੋੜ੍ਹਾ ਦੱਸਾਂਗੇ ਵੀ ਸਾਡਾ ਕਲਚਰ ਹੈ ਨਾ। ਉਹ ਤੁਸੀਂ ਫਿਰ ਜ਼ਰੂਰਤ ਇੰਨੀ ਕਿਤੇ ਹੋਣੀ ਚਾਹੀਦੀ ਯਾਰ, ਇੰਨਾ ਜੀਣਾ ਆ, ਐਡਾ ਥੋੜ੍ਹਾ ਵੀ ਮਰ ਮਰ ਕੇ ਥੋੜ੍ਹਾ ਅੰਦਰ ਸੌਣਾ ਵੀ ਹੈ ਰਾਤ ਨੂੰ, ਹੈ ਨਾ, ਜ਼ਿੰਦਗੀ ਵੀ ਜੀਣੀ ਹੈ ਤੁਸੀਂ ਯਾਰ, ਰਾਤ ਨੂੰ ਸੌਵੋਗੇ ਕਿੱਦਾਂ ਜੇ ਇੰਨਾ ਝੂਠ ਲੈ ਕੇ ਅੰਦਰ ਬੈਠ ਜਾਓਗੇ, ਇੰਨਾ ਦਬਾ ਲਓਗੇ ਆਪਣੇ ਆਪ ਨੂੰ, ਇੰਨੇ ਹੈਲਪਲੈਸ ਹੋ ਜਾਓਗੇ ਅਤੇ ਸੌਵੋਗੇ ਕਿੱਦਾਂ। ਇਸ ਕਰਕੇ ਮੈਂ ਬੋਲਿਆ ਕਿ ਥੋੜ੍ਹਾ ਮੋੜਾ ਉਹਦੇ ਨਾਲ ਪਿਆ ਵੀ, ਹੁਣ ਜੇ ਤੁਹਾਨੂੰ ਪਤਾ ਹੈ ਤਾਂ ਮਤਲਬ ਉਹਦਾ ਥੋੜ੍ਹਾ ਮੋੜਾ ਪਿਆ, ਲੋਕ ਸਟੈਂਡ 'ਤੇ ਕੀਤਾ ਨਾ ਲੋਕਾਂ ਨੇ। ਗੱਲ ਇਹ ਹੈ ਕਿ ਆਰਟਿਸਟ ਦੀ ਆਵਾਜ਼ 'ਚ ਕੀ ਆ, ਆਰਟਿਸਟ ਦੀ ਆਵਾਜ਼ ਨੂੰ ਸਾਰੇ ਸੁਣਦੇ ਆ, ਸਾਰੇ ਪਛਾਣਦੇ ਆ। ਮੈਂ ਤਾਂ ਦੱਸਿਆ ਨਾ, ਆਰਟਿਸਟ ਵਾਸਤੇ ਬਹੁਤ ਔਖਾ ਹੁੰਦਾ ਜਦੋਂ ਕੁਛ ਗਲਤ ਹੋ ਰਿਹਾ ਹੁੰਦਾ, ਆਰਟਿਸਟ ਵਾਸਤੇ ਬਹੁਤ ਔਖਾ ਹੁੰਦਾ, ਕਿਉਂਕਿ ਉਹ ਆਪਣੀ ਕਮਿਊਨਿਟੀ ਦੇ ਖਿਲਾਫ ਹੀ ਬੋਲਣਾ ਹੁੰਦਾ ਉਹਨੂੰ, ਹੈ ਨਾ। ਇਹ ਤਾਂ ਹੈ ਨਹੀਂ ਵੀ ਕਮਿਊਨਿਟੀ ਸਾਡੀ ਠੀਕ ਹੀ ਹੈ ਸਾਰੀ। ਲੋਕ ਕਹੀਏ ਨਾ, ਇਹ ਵੀ ਕਹਿੰਦੇ ਆ, ਕਹਿੰਦੇ ਜਸਬੀਰ ਜੀ, ਅਸੀਂ ਕਿਤੇ ਨਾ ਕਿਤੇ ਪਹਿਲਾਂ ਡੇਰੇਵਾਦ ਦੇ ਬਾਰੇ ਗੱਲ ਕੀਤੀ, ਹੈ ਨਾ, ਹੁਣ ਇਹਦੇ ਬਾਰੇ ਗੱਲ ਕੀਤੀ, ਕਿਤੇ ਨਾ ਕਿਤੇ ਕਹਿੰਦੇ ਵੀ ਥੱਲੇ ਲੋਕਾਂ ਨੇ ਬਥੇਰਾ ਹੁਣ ਊਟ ਪਟੰਗ ਦਾ ਬੋਲਦੇ ਹੀ ਆ, ਕਹਿੰਦੇ ਜਸੀ ਸ਼ਾਇਦ ਫੇਮ ਭਾਲਦੇ ਆ, ਕਹਿੰਦੇ ਇਹ ਚਾਹੁੰਦੇ ਆ ਕਿ ਚਲੋ ਵੱਧ ਤੋਂ ਵੱਧ ਦੇਖੀਏ ਜਾਂ ਕੁਛ ਵੀ ਗੱਲ ਕਰਕੇ। ਨਸ਼ੇੜੀਆਂ ਤੋਂ ਕੀ ਫੇਮ ਭਾਲਾਂਗੇ ਮੈਨੂੰ ਦੱਸੋ, ਇਹ ਤਾਂ ਮਤਲਬ ਹੈ ਤਾਂ ਵੈਸੇ ਉਹ ਚਿੱਕੜ ਪਾਉਣ ਵਾਲੀ ਗੱਲ ਹੀ ਹੈ ਨਾ, ਮਤਲਬ ਉਹ ਗੰਦ 'ਚ ਵੱਟਾ ਮਾਰਨ ਵਾਲੀ ਗੱਲ ਹੀ ਹੈ, ਅਤੇ ਹੁਣ ਕਿਸੇ ਨੂੰ ਤਾਂ ਮਾਰਨਾ ਹੀ ਪਏਗਾ ਨਾ, ਕੁਛ ਨਾ ਕੁਛ ਤਾਂ ਕਰਨਾ ਹੀ ਪਏਗਾ ਨਾ, ਕਿ ਹੁਣ ਕੋਈ ਬੋਲੇਗਾ ਹੀ ਨਹੀਂ। ਇਹ ਵੀ ਇਹਨਾਂ ਦੀਆਂ ਸਕੀਮਾਂ ਹੁੰਦੀਆਂ, ਇਹ ਬਹੁਤ ਚਲਾਕ ਤਰੀਕੇ ਨਾਲ ਚੱਲਣ ਵਾਲੇ ਲੋਕ ਹੁੰਦੇ ਆ, ਇਹਨਾਂ ਦੇ ਗੈਂਗ ਜਿਹੜੇ ਬਹੁਤ ਤਰੀਕੇ ਨਾਲ ਚੱਲਣ ਵਾਲੇ ਹੁੰਦੇ ਆ, ਇਹਨਾਂ ਦੀ ਆਈ ਟੀ ਸੈੱਲ ਬਹੁਤ
ਤਗੜੇ ਆ। ਜਦੋਂ ਹੁਣ ਤੁਸੀਂ ਦੇਖੋ ਕਿ ਹੁਣ ਜਿਹੜੀ ਕਿਸੇ ਬਾਬੇ ਦੀ ਇੱਕ ਉਹ ਵੀਡੀਓ ਆ ਗਈ ਸੀ, ਹੈ ਨਾ, ਜਦੋਂ ਕਿਸੇ ਗਰੀਬ ਨੂੰ ਮਾਰ ਰਹੇ, ਉਹਨਾਂ ਨੇ ਡਿਲੀਟ ਕਰਵਾਈ ਹੈ। ਇਹਦਾ ਮਤਲਬ ਅੰਦਰ ਬਹੁਤ ਜ਼ਿਆਦਾ ਆਈ ਟੀ ਸੈੱਲ ਔਰ ਬਹੁਤ ਜ਼ਿਆਦਾ ਸਟਰੋਂਗਲੀ ਉਹਦੇ ਉੱਤੇ ਕੰਮ ਕਰ ਰਹੇ ਆ। ਅਤੇ ਖੈਰ ਇਹਦੇ ਉੱਤੇ ਆਪਾਂ ਫਿਰ ਕਦੀ ਇੰਟਰਵਿਊ ਕਰਾਂਗੇ। ਲੱਗ ਰਿਹਾ ਕਿ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਚਮਕੀਲਾ ਦੇ ਬਾਰੇ, ਕਿ ਮੈਨੂੰ ਲੱਗ ਰਿਹਾ ਕਿ ਸ਼ਾਇਦ ਤੁਹਾਨੂੰ ਫਿਲਮ ਵੀ ਵਧੀਆ ਨਹੀਂ ਲੱਗੀ ਜਮਾਂ ਹੀ। ਫਿਲਮ ਨਹੀਂ ਨਾ ਵੀ ਲੱਗੇ, ਫਿਰ ਵੀ ਚਮਕੀਲਾ ਬਹੁਤ ਵੱਡਾ ਆਰਟਿਸਟ ਸੀ। ਚਮਕੀਲਾ ਸਾਡੇ ਜਿੰਨਾ ਥੋੜ੍ਹਾ ਉਹਨਾਂ ਨੇ ਸੁਣਿਆ ਕਿਸੇ ਨੇ ਵੀ ਚਮਕੀਲਾ, ਅਸੀਂ ਤਾਂ ਸਾਡੇ ਤਾਂ ਹੱਡਾਂ 'ਚ ਚਮਕੀਲਾ ਵਸਿਆ ਹੋਇਆ। ਪਰ ਮੈਂ ਜਿੰਨਾ ਚਮਕੀਲਾ ਲੋਕਾਂ ਨੂੰ ਸੁਣਾਇਆ ਇੰਡੀਆ ਤੋਂ ਬਾਹਰ ਆਪਣੇ ਸ਼ੋਆਂ 'ਤੇ, ਮਤਲਬ ਅਸੀਂ ਕੱਲ੍ਹ ਦੇਹਰਾਦੂਨ ਵੀ ਚਮਕੀਲਾ ਗਾ ਕੇ ਆਏ ਹਾਂ, ਔਰ ਮੈਂ ਆਪਣੇ ਤਰੀਕੇ ਨਾਲ ਚਮਕੀਲਾ ਸੁਣਾਉਂਦਾ। ਮੈਂ ਕਹਿੰਦਾ ਕਿ ਤੇਰਾਂ ਦੁੱਖਾਂ 'ਚ ਜਾਵਾਂ ਵੈਲੀ ਬਣਦਾ, ਛਾਨਣੀ 'ਚ ਵੇਖ ਲਾ ਸਰੀਰ ਛੰਡਦਾ, ਕਿਉਂਕਿ ਮੈਨੂੰ ਡਰ ਵੀ ਹੁੰਦਾ ਕਿ ਯਾਰ ਚਮਕੀਲਾ ਇੱਕ ਕੰਟਰੋਵਰਸ਼ੀਅਲ ਆਰਟਿਸਟ ਹੈ। ਮੈਂ ਕਹਿੰਦਾ ਦੇਖੋ ਚਮਕੀਲੇ ਨੇ ਵੀ ਉਦੋਂ ਕਿਹਾ ਕਿ ਸੁਲਫਾ ਸ਼ਰਾਬ ਫੀਮ ਰਚ ਗਈ ਹੱਡਾਂ 'ਚ ਰੋਗ ਡੋਡਿਆਂ ਦਾ ਭੈੜਾ ਆਪਾਂ ਲਾ ਲਿਆ। ਮੈਂ ਕਹਿੰਦਾ ਕਿ ਨਹੀਂ, ਚਮਕੀਲਾ ਸਮਝਾ ਕੇ ਗਿਆ ਕਿ ਇਹ ਕੰਮ ਨਹੀਂ ਕਰਨਾ ਚਾਹੀਦਾ, ਹੈ ਨਾ, ਕਿਉਂਕਿ ਗਲੋਰੀਫਿਕੇਸ਼ਨ ਵੀ ਹੈ ਨਾ। ਤੁਸੀਂ ਭਾਵੇਂ 10,000 ਬੰਦੇ ਦੇ ਸਾਹਮਣੇ ਗਾ ਰਹੇ ਹੋ ਅਤੇ ਲੋਕ ਤੁਹਾਡੀ, ਦੋ ਬੰਦਿਆਂ ਨੇ ਵੀ ਵਿੱਚੋਂ ਸੁਲਫਾ ਸ਼ਰਾਬ ਪੀਣੀ ਸ਼ੁਰੂ ਕਰਤੀ ਅਤੇ ਤੁਹਾਡਾ ਤਾਂ ਬੇੜਾ ਗਰਕ ਹੈ ਨਾ, ਤੁਸੀਂ ਕਲਚਰ ਦਾ ਬੇੜਾ ਗਰਕ ਕਰਤਾ ਜੇ ਦੋ ਬੰਦੇ ਵੀ ਉਹ ਹੈ। ਜੇ ਦੋ ਬੰਦਿਆਂ ਨੂੰ ਵੀ ਤੁਸੀਂ ਸਮਝਾਏ ਵੀ ਚਮਕੀਲਾ, ਚਮਕੀਲਾ ਜਿਹੜਾ ਸੀ ਉਹ ਕਹਿੰਦਾ ਸੀ ਇਹ ਗੰਮ ਗਲਤ ਹੈ। ਉਹ ਸਮਾਂ ਦੇਖਿਆ ਸੀਗਾ ਤੁਸੀਂ? ਹਾਂ ਹਾਂ, ਉਸ ਸਮੇਂ ਦੇ ਵਿੱਚੋਂ ਹੀ ਨਿਕਲਿਆ ਸੀ ਉਸ ਸਮੇਂ ਤੋਂ ਜੱਸੀ ਭਾਅ ਜੀ, ਜਿਹੜਾ ਉਸ, ਕਿਉਂਕਿ ਕਿਤੇ ਨਾ ਕਿਤੇ ਰਿਐਲਿਟੀ ਬੇਸ ਤਾਂ ਹੈ ਹੀ ਆ, ਲੋਕ ਇੰਜੋਏ ਕਰਦੇ ਸੀਗੇ, ਲੋਕ ਕਹਿੰਦੇ ਸੀਗੇ ਜਦ ਤੱਕ ਅਸੀਂ ਇਹੋ ਜਿਹੇ ਗਾਣੇ ਨਹੀਂ ਸੁਣ ਲਾਂਗੇ। ਤੁਸੀਂ ਹੁਣ ਜਿਵੇਂ ਗਾਣੇ, ਕੁਛ ਗਾਣਿਆਂ ਦੀ ਤੁਸੀਂ ਜ਼ਿਕਰ ਕੀਤਾ, ਲੋਕ ਉਸ ਟਾਈਮ ਕਹਿੰਦੇ ਸੀਗੇ ਕਿ ਕਿਤੇ ਨਾ ਕਿਤੇ ਜੇ ਅਸੀਂ ਗਾਣੇ ਨਹੀਂ ਸੁਣਾਂਗੇ ਤਾਂ ਸਾਡਾ ਦਿਲ ਨਹੀਂ ਲੱਗਣਾ ਯਾਰ, ਆਦੀ ਹੋ ਗਏ ਸੀਗੇ ਲੋਕ ਇੱਦਾਂ ਦੇ ਗਾਣੇ ਸੁਣਨ ਦੇ। ਉਹ ਇੱਕ ਸੱਚ ਆ, ਤੁਹਾਨੂੰ ਕਿਤੇ ਨਾ ਕਿਤੇ ਉਹ ਵੀ ਚੀਜ਼ਾਂ ਗਲਤ ਲੱਗਦੀਆਂ ਨੇ? ਨਹੀਂ ਨਹੀਂ, ਉਹ ਤਾਂ ਦੇਖੋ ਲੋਕ ਪੋਰਨ ਫਿਲਮਾਂ ਵੀ ਦੇਖਦੇ ਆ, ਪਰ ਉਹ ਅਸੀਂ ਆਪਣੇ ਘਰ 'ਚ ਬਹਿ ਕੇ ਨਹੀਂ ਨਾ ਦੇਖਦੇ, ਉਹ ਸਾਡਾ ਕਲਚਰ ਨਹੀਂ ਹੈ, ਉਹ ਸਾਡੀ ਪਰਸਨਲ ਲਾਈਫ ਹੈ, ਹੈ ਨਾ। ਅਸੀਂ ਕੋਈ ਗੰਦੀ ਕੋਈ ਚੀਜ਼ ਆਉਂਦੀ ਹੈ ਤਾਂ ਅਸੀਂ ਦੇਖਦੇ ਹਾਂ ਉਹਨੂੰ, ਪਰ ਅਸੀਂ ਇੱਕਦਮ ਉਹਦੀ ਆਵਾਜ਼ ਘੱਟ ਕਰਦੇ ਹਾਂ, ਜਾਂ ਉਹਨੂੰ ਇੱਦਾਂ ਨਹੀਂ ਦੇਖਦੇ ਵੀ ਸਾਡੀ ਮਾਂ ਭੈਣ ਜਿਹੜੀ ਬੈਠੀ ਹੋਈ ਹੈ ਵੀ ਉਹਦੇ ਸਾਹਮਣੇ ਅਸੀਂ ਔਨ ਕਰ ਦਈਏ, ਨਹੀਂ ਕਰਦੇ ਨਾ। ਅਤੇ ਇਹਦਾ ਮਤਲਬ ਕਲਚਰ ਦਾ ਪਾਰਟ ਨਹੀਂ ਹੈ, ਸਾਡੇ ਜੀਵਨ ਦਾ ਪਾਰਟ ਨਹੀਂ ਹੈ, ਉਹ ਸਾਡੀ ਆਪਣੀ ਪਰਸਨਲ ਲਾਈਫ ਦਾ। ਜਿੱਦਾਂ ਚਮਕੀਲੇ ਦੇ ਵੀ ਜਿਹੜੇ ਕਈ ਗਾਣੇ ਆ ਉਹ ਨਹੀਂ ਤੁਸੀਂ ਸੁਣ ਸਕਦੇ ਆਪਣੀਆਂ ਭੈਣਾਂ ਦੇ ਨਾਲ, ਜੇ ਤੁਸੀਂ ਸੁਣਦੇ ਹੋ ਤਾਂ ਇਹਦਾ ਮਤਲਬ ਤੁਹਾਡੇ ਅੰਦਰ 'ਚ ਬਹੁਤ ਬੇਸ਼ਰਮੀ ਭਰ ਚੁੱਕੀ, ਹਾਂ ਬੇਸ਼ਰਮੀ ਭਰ ਚੁੱਕੀ ਹੈ, ਤੁਸੀਂ ਬੇਸ਼ਰਮ ਹੋ ਗਏ ਹੋ, ਤੁਹਾਡੇ ਫੀਲਿੰਗਸ ਮਰ ਚੁੱਕੀਆਂ, ਤੁਹਾਡੇ ਜਿਹੜੇ ਸੈਂਸਰਸ ਨੇ ਉਹ ਖਤਮ ਹੋ ਚੁੱਕੇ ਆ। ਅਤੇ ਕਈ ਗਾਣੇ ਜਿਹੜੇ ਹੁਣ, ਜਿਹੜੇ ਚਮਕੀਲਾ ਆਰਟਿਸਟ ਤਾਂ ਵੱਡਾ ਹੀ ਸੀਗਾ ਯਾਰ, ਉਹ ਤਾਂ ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀ ਹੈ, ਉਹ ਵੀ ਗਾਣਾ ਓਨਾ ਹੀ ਵੱਡਾ ਜਿੰਨਾ ਕੰਡਾ ਕੱਢਿਆ ਨਾ ਜਿੰਨੇ ਭੈਣ ਦੀ ਨਨਾਣ ਦਾ, ਓਨਾ ਹੀ ਵੱਡਾ ਗਾਣਾ। ਮੈਂ ਇਹ ਚਾਹੁੰਦਾ ਸੀ ਕਿ ਉਹ ਇੱਦਾਂ ਜ਼ਿਕਰ ਕਰਦੇ, ਕਿਉਂਕਿ ਬੋਲੀਵੁੱਡ ਦੀ ਕੀ ਪ੍ਰੋਬਲਮ ਹੈ, ਉਹ ਪਰਵਾਹ ਨਹੀਂ ਕਰਦੇ, ਪੰਜਾਬ ਦੀ ਤਾਂ ਖਾਸ ਕਰਕੇ ਪਰਵਾਹ ਨਹੀਂ ਕਰਦੇ। ਪੰਜਾਬ ਦੀ ਤਾਂ ਉਹਨਾਂ ਨੂੰ ਲੱਗਦਾ ਵੀ ਠੀਕ ਹੈ ਯਾਰ, ਇਹ ਤਾਂ ਐਵੇਂ ਹੀ ਆ, ਬੱਲੇ ਬੱਲੇ ਆ ਯਾਰ, ਸ਼ਾਬਾ ਸ਼ਾਬਾ ਯਾਰ, ਅਸੀਂ ਇੰਨੇ ਡੀਪ ਬੰਦੇ ਯਾਰ, ਸਾਡੇ ਨਾਲ ਬੈਠ ਕੇ ਤੁਸੀਂ ਸ਼ਾਇਰੀ ਦੀ ਗੱਲ ਕਰੋ, ਹੈ ਨਾ, ਤੁਸੀਂ ਸਾਡੇ ਨਾਲ ਅਧਿਆਤਮ ਦੀ ਗੱਲ ਕਰੋ, ਹੈ ਨਾ, ਜਿਹੜਾ ਤੁਸੀਂ ਅਧਿਆਤਮ ਮਤਲਬ ਸਾਊਥ 'ਚੋਂ ਲੈ ਕੇ ਆਉਂਦੇ ਹੋ, ਮੈਂ ਆਈ ਐਮ ਸੋਰੀ ਟੂ ਸੇ, ਜਾਂ ਤੁਸੀਂ ਕਹਿੰਦੇ ਹੋ ਅਮੈਰੀਕਨ ਬੰਦੇ ਜਿਹੜੇ ਆ ਅਧਿਆਤਮ ਸਿਖਾ ਰਹੇ ਆ,